ਆਪੇ ਹੀ ਮਿੱਟੀ ਵਿੱਚ ਸੁੱਟੇ ਤਾਰੇ ਵੇਖਣ ਵੇਲੇ ਆਪੇ ਹੀ ਮਿੱਟੀ ਵਿੱਚ ਸੁੱਟੇ ਤਾਰੇ ਵੇਖਣ ਵੇਲੇ ਝੁਲਸ ਗਿਆ ਮੈਂ ਸ਼ੀਸ਼ੇ 'ਚੋਂ ਅੰਗਿਆਰੇ ਵੇਖਣ ਵੇਲੇ ਆਪੇ ਹੀ ਮਿੱਟੀ ਵਿੱਚ ਸੁੱਟੇ ਤਾਰੇ ਵੇਖਣ ਵੇਲੇ ਝੁਲਸ ਗਿਆ ਮੈਂ ਸ਼ੀਸ਼ੇ 'ਚੋਂ ਅੰਗਿਆਰੇ ਵੇਖਣ ਵੇਲੇ ਔਰ ਜਿੱਤ ਦਾ ਚੜ੍ਹਦਾ ਹੋਇਆ ਝੰਡਾ ਅੱਧ ਵਿਚਕਾਰੋਂ ਲੱਥਾ ਜਿੱਤ ਦਾ ਚੜ੍ਹਦਾ ਹੋਇਆ ਝੰਡਾ ਅੱਧ ਵਿਚਕਾਰੋਂ ਲੱਥਾ ਕੀ ਹੋਇਆ ਸੀ ਆਪਣੇ ਹੱਥੋਂ ਹਾਰੇ ਵੇਖਣ ਵੇਲੇ ਜਿੱਤ ਦਾ ਚੜ੍ਹਦਾ ਹੋਇਆ ਝੰਡਾ ਅੱਧ ਵਿਚਕਾਰੋਂ ਲੱਥਾ ਕੀ ਹੋਇਆ ਸੀ ਆਪਣੇ ਹੱਥੋਂ ਹਾਰੇ ਵੇਖਣ ਵੇਲੇ ਔਰ ਹੋਰ ਕਿਸੇ ਥਾਂ ਪੈਂਦੀ ਧੁੱਪ ਵੀ ਦਾਗਾਂ ਵਾਲੀ ਲੱਗੀ ਹੋਰ ਕਿਸੇ ਥਾਂ ਪੈਂਦੀ ਧੁੱਪ ਵੀ ਦਾਗਾਂ ਵਾਲੀ ਲੱਗੀ ਸ਼ੀਸ਼ਾ ਬਦਲ ਗਿਆ ਸੀ ਆਪਣੇ ਬਾਰੇ ਵੇਖਣ ਵੇਲੇ ਹੋਰ ਕਿਸੇ ਥਾਂ ਪੈਂਦੀ ਧੁੱਪ ਵੀ ਦਾਗਾਂ ਵਾਲੀ ਲੱਗੀ ਸ਼ੀਸ਼ਾ ਬਦਲ ਗਿਆ ਸੀ ਆਪਣੇ ਬਾਰੇ ਵੇਖਣ ਵੇਲੇ ਔਰ ਰਾਤਾਂ ਸਾਨੂੰ ਇੰਨੇ ਕਾਲੇ ਰਾਹੋਂ ਲੈ ਕੇ ਆਈਆਂ ਰਾਤਾਂ ਸਾਨੂੰ ਇੰਨੇ ਕਾਲੇ ਰਾਹੋਂ ਲੈ ਕੇ ਆਈਆਂ ਅੱਖਾਂ ਹੀ ਨਾ ਖੁੱਲ੍ਹ ਸਕੀਆਂ ਉਜਿਆਰੇ ਵੇਖਣ ਵੇਲੇ ਰਾਤਾਂ ਸਾਨੂੰ ਇੰਨੇ ਕਾਲੇ ਰਾਹੋਂ ਲੈ ਕੇ ਆਈਆਂ ਅੱਖਾਂ ਹੀ ਨਾ ਖੁੱਲ੍ਹ ਸਕੀਆਂ ਉਜਿਆਰੇ ਵੇਖਣ ਵੇਲੇ ਆਪੇ ਹੀ ਮਿੱਟੀ ਵਿੱਚ ਸੁੱਟੇ ਤਾਰੇ ਵੇਖਣ ਵੇਲੇ ਝੁਲਸ ਗਿਆ ਮੈਂ ਸ਼ੀਸ਼ੇ 'ਚੋਂ ਅੰਗਿਆਰੇ ਵੇਖਣ ਵੇਲੇ ਬਹੁਤ ਖੂਬ ਗੁਰਤੇਜ ਜੀ ਤੁਹਾਡਾ ਟੋਰਾਂਟੋ ਵਿੱਚ ਖੈਰ ਮਕਦਮ ਜੀ ਬਹੁਤ ਸ਼ੁਕਰੀਆ ਕਲਸੀ ਸਾਹਿਬ ਤੁਸੀਂ ਆਏ ਔਰ ਤੁਹਾਡੇ ਚੈਨਲ ਉੱਤੇ ਖਾਸ ਤੌਰ 'ਤੇ ਆਉਣਾ ਤੁਸੀਂ ਇਸ ਫੀਲਡ ਦੇ ਵਿੱਚ ਇੰਨੇ ਪੁਰਾਣੇ ਮੇਰਾ ਖਿਆਲ ਮੈਂ ਤੁਹਾਨੂੰ ਪਾਇਨੀਅਰ ਹੀ ਗਿਣਦਾ ਇਹ ਇੱਕ ਬਹੁਤ ਮੇਰੇ ਲਈ ਬੜੀ ਇਜਾਜ਼ ਵਾਲੀ ਗੱਲ ਹੈ ਕਿ ਅੱਜ ਅਸੀਂ ਤੁਹਾਡੇ ਚੈਨਲ ਲਈ ਹਾਜ਼ਰ ਹੋਏ ਹਾਂ ਕੁਛ ਗੱਲਾਂ ਕਰਨ ਲਈ ਇਹ ਸਾਡੀ ਖੁਸ਼ਕਿਸਮਤੀ ਹੈ ਤੁਸੀਂ ਦਰਸ਼ਨ ਦਿੱਤੇ ਜੀ ਜੀ ਤੁਹਾਨੂੰ ਕਵਿਤਾ ਜਿਹੜੀ ਹੈ ਉਹਦਾ ਸ਼ੌਕ ਕਵਿਤਾ ਮੈਂ ਕੋਈ ਤਕਰੀਬਨ 20 ਸਾਲ ਦੀ ਉਮਰ ਵਿੱਚ ਲਿਖਣਾ ਸ਼ੁਰੂ ਕਰ ਦਿੱਤੀ ਸੀ ਜਦੋਂ ਮੈਂ ਆਪਣੀ ਪੜ੍ਹਾਈ ਕਰ ਰਿਹਾ ਸੀ ਇੰਜੀਨੀਅਰਿੰਗ ਦੀ ਅਤੇ ਉਸ ਸਮੇਂ ਦੌਰਾਨ ਜਿਹੜੀ ਪੰਜਾਬ ਦੀ ਨਕਸਲਵਾੜੀ ਲਹਿਰ ਦਾ ਇੱਕ ਸਿਲਸਿਲਾ ਸੀ ਉਹ ਬੇਸ਼ੱਕ ਖਤਮ ਹੋ ਚੁੱਕਾ ਸੀ ਪਰ ਉਹਦੇ ਕੁਛ ਰਹਿੰਦ ਖੂੰਹਦ ਅਜੇ ਸਮਾਜ ਵਿੱਚ ਜਾਂ ਕੁਛ ਜਥੇਬੰਦਕ ਤੌਰ 'ਤੇ ਚੀਜ਼ਾਂ ਚੱਲਦੀਆਂ ਸੀ ਤਾਂ ਮੇਰੇ ਕਾਲਜ ਵਿੱਚ ਉਸ ਤਰ੍ਹਾਂ ਦੇ ਕਾਰਕੁਨ ਵੀ ਆਉਂਦੇ ਸੀ ਕੁਛ ਕਵੀ ਸੀ ਜਿਵੇਂ ਇਤਫਾਕਨ ਜਿਹੜੇ ਸਾਡੇ ਕਵੀ ਨੇ ਜਸਵਿੰਦਰ ਗਜ਼ਲਕਾਰ ਇਹ ਮੇਰੇ ਤੋਂ 2 ਸਾਲ ਪਹਿਲਾਂ ਉੱਥੇ ਪੜ੍ਹ ਰਹੇ ਸੀ ਮੇਰੇ ਸੀਨੀਅਰ ਸੀਗੇ ਇਉਂ ਫਿਰ ਸਾਰੇ ਉਸ ਮਾਹੌਲ ਦੇ ਵਿੱਚ ਮੇਰਾ ਕਵਿਤਾ ਵੱਲ ਰੁਝਾਨ ਹੋ ਗਿਆ ਅਤੇ ਜਿਹੜੀਆਂ ਪਹਿਲੀਆਂ ਕਵਿਤਾਵਾਂ ਮੈਂ ਲਿਖੀਆਂ ਉਹ ਲਗਭਗ ਇਸ ਤਰ੍ਹਾਂ ਦੇ ਖਮੀਰ ਵਾਲੀਆਂ ਸੀ ਜਿਨ੍ਹਾਂ ਵਿੱਚ ਇਨਕਲਾਬ ਦੀ ਗੱਲ ਜਿਨ੍ਹਾਂ ਵਿੱਚ ਇੱਕ ਸੰਘਰਸ਼ ਦੀ ਗੱਲ ਇਸ ਤਰ੍ਹਾਂ ਦੀ ਸ਼ਾਇਦ ਕੋਈ ਮੇਰੀ ਜਿਹੜੀ ਪਹਿਲੀ ਨਜ਼ਮ ਵੀ ਸੀ ਉਹ ਇਸ ਤਰ੍ਹਾਂ ਸੀ ਕਿ ਇੱਕ ਸ਼ਹੀਦ ਦਾ ਆਪਣੀ ਮਾਂ ਦੇ ਨਾਂ ਆਖਰੀ ਸੁਨੇਹਾ ਕਿ ਉਹ ਮੇਰੀ ਲਾਸ਼ ਉੱਤੇ ਹੰਝੂ ਨਾ ਵਹਾਵੇ ਬਲਕਿ ਇਸ ਮਿਸਾਲ ਨੂੰ ਅੱਗੇ ਤੋਰਨ ਦੇ ਵਿੱਚ ਮਦਦ ਕਰੇ ਉਹ ਮੈਨੂੰ ਹੁਣ ਯਾਦ ਨਹੀਂ ਹੈ ਉਹ ਬਹੁਤ ਪੁਰਾਣੀ ਗੱਲ ਹੈ ਪਰ ਮੈਨੂੰ ਉਹਦਾ ਭਾਵ ਜ਼ਰੂਰ ਯਾਦ ਹੈ ਕਿ ਸ਼ੁਰੂ ਵਿੱਚ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਤਾਂ ਫਿਰ ਆਲੇ ਦੁਆਲੇ ਮੇਰੇ ਇਸ ਤਰ੍ਹਾਂ ਦੇ ਭਾਵ ਸੀ ਜਿਹੜਾ ਪਿਆਰ ਦਾ ਅਨੁਭਵ ਹੈ ਜਾਂ ਇਸ ਤਰ੍ਹਾਂ ਦੇ ਹੋਰ ਬਾਕੀ ਦੇ ਵਿਸ਼ੇ ਨੇ ਉਹ ਮੇਰੀ ਕਵਿਤਾ ਵਿੱਚ ਬਹੁਤ ਬਾਅਦ ਵਿੱਚ ਜਾ ਕੇ ਆਏ ਜਦੋਂ ਤੁਸੀਂ ਇਹ ਇਨਕਲਾਬੀ ਕਵਿਤਾਵਾਂ ਤੁਹਾਨੂੰ ਇਹ ਗਿਆਨ ਸੀ ਵੀ ਇਹਦੀ ਰੀਪਰਕਸ਼ਨਸ ਕੀ ਹੋ ਸਕਦੇ ਹਾਂ ਉਸ ਸਮੇਂ ਹਾਲਾਂਕਿ ਦਿਲਚਸਪ ਗੱਲ ਇਹ ਸੀ ਕਿ ਪਾਸ਼ ਨੂੰ ਮੈਂ ਬਹੁਤ ਬਾਅਦ 'ਚ ਪੜ੍ਹਿਆ ਕਿਉਂਕਿ ਉਸ ਸਮੇਂ ਕੋਈ ਬਹੁਤ ਗਹਿਰੀ ਸਮਝ ਨਹੀਂ ਸੀ ਉਹਨਾਂ ਚੀਜ਼ਾਂ ਦੀ ਸਿਰਫ ਇੱਕ ਤੱਤ ਭੜੱਤੀ ਜੀ ਮੋਟੀ ਸਮਝ ਜਿਸ ਕਿਸਮ ਦੀ ਵਿਦਿਆਰਥੀ ਜੀਵਨ ਵਿੱਚ ਹੁੰਦੀ ਹੈ ਉਨੀ ਕੁ ਸਮਝ ਸੀ ਪਰ ਉਹ ਇਹ ਵੀ ਚਲੋ ਉਸ ਨਾਲ ਕੀ ਹੈ ਕਿ ਕਵਿਤਾ ਦਾ ਖਮੀਰ ਤੁਹਾਡੇ ਅੰਦਰੋਂ ਫੁੱਟ ਪਿਆ ਅਤੇ ਹੌਲੀ ਹੌਲੀ ਤੁਸੀਂ ਬਹੁਤ ਫਿਰ ਬਾਅਦ ਜਾ ਕੇ ਵਿਚਾਰਧਾਰਾ ਬਾਰੇ ਕਵਿਤਾ ਦੇ ਰੂਪ ਬਾਰੇ ਜਾਂ ਹੋਰ ਇਸ ਕਿਸਮ ਦੀਆਂ ਲਹਿਰਾਂ ਦੇ ਪਿਛੋਕੜ ਬਾਰੇ ਉਹ ਬਾਅਦ ਵਿੱਚ ਸਮਝਦੇ ਹੋ ਜਾਣਦੇ ਹੋ ਅਤੇ ਇਸ ਤਰ੍ਹਾਂ ਜਿਹੜਾ ਮੇਰਾ ਪਹਿਲ ਪਲੇਠਾ ਕਵਿਤਾ ਨਾਲ ਦਸਤ ਪੰਜਾ ਹੋਇਆ ਤਾਂ ਉਹ ਲਗਭਗ ਇਸ ਤਰ੍ਹਾਂ ਦੇ ਮਾਹੌਲ 'ਚੋਂ ਹੀ ਹੋਇਆ ਅੱਜ ਉਸ ਤੋਂ ਬਾਅਦ ਕੀ ਤੁਸੀਂ ਕੀ ਮੌਜੂ ਕੀ ਲਿਆ ਜਨਰਲੀ ਉਸ ਤੋਂ ਬਾਅਦ ਫਿਰ ਕਵਿਤਾ ਦੇ ਵਿੱਚ ਜਿਵੇਂ ਜਿਵੇਂ ਤੁਹਾਨੂੰ ਜ਼ਿੰਦਗੀ ਦੇ ਅਨੁਭਵ ਹੁੰਦੇ ਜਾਂਦੇ ਆ ਜਿਵੇਂ ਮੈਂ ਜ਼ਿਕਰ ਕੀਤਾ ਕਿ ਉਹਦੇ ਵਿੱਚ ਫਿਰ ਰੁਜ਼ਗਾਰ ਦੇ ਮਸਲੇ ਵੀ ਨੇ ਉਹਦੇ ਵਿੱਚ ਰਾਜਨੀਤੀ ਦੇ ਮਸਲੇ ਵੀ ਨੇ ਉਹਦੇ ਵਿੱਚ ਪਿਆਰ ਦੇ ਇਸ਼ੂ ਵੀ ਨੇ
ਉਹ ਸਾਰਾ ਕੁਛ ਮਿਲ ਮਿਲਾ ਕੇ ਜਿਵੇਂ ਜ਼ਿੰਦਗੀ ਇੱਕ ਵੱਡੇ ਕੋਲਾਜ ਵਾਂਗ ਹੁੰਦੀ ਹੈ, ਆਪਾਂ ਸਭ ਜਾਣਦੇ ਹਾਂ ਕਿ ਉਹਨੂੰ ਬਹੁਤ ਖਾਨਿਆਂ 'ਚ ਵੰਡ ਕੇ ਨਹੀਂ ਦੇਖਿਆ ਜਾ ਸਕਦਾ, ਇਹਨੂੰ ਟੁਕੜਿਆਂ ਵਿੱਚ ਨਹੀਂ ਦੇਖਿਆ ਜਾ ਸਕਦਾ। ਤੋ ਜਿਵੇਂ ਜਿਵੇਂ ਜ਼ਿੰਦਗੀ ਆਪਣੇ ਸਮੱਗਰ ਰੂਪ ਵਿੱਚ ਆਉਂਦੀ ਹੈ, ਇਹ ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਜੁੜੀਆਂ ਹੁੰਦੀਆਂ। ਜਿਹੜੀ ਮਤਲਬ ਦੇਸ਼ ਦੀ ਰਾਜਨੀਤੀ ਹੈ, ਇਹ ਵੀ ਤੁਹਾਡੇ ਇੱਕ ਪੇਰ ਪ੍ਰੇਮ ਨਾਲ ਪਿਆਰ ਨਾਲ ਜੁੜੀ ਹੁੰਦੀ ਹੈ। ਤੁਸੀਂ ਇੱਕ ਇੱਕ ਖਾਸ ਵਿਚਾਰਧਾਰਾ ਨੂੰ, ਇੱਕ ਖਾਸ ਕਿਸਮ ਦੀ ਰੁਝਾਨ ਨੂੰ ਪਿਆਰ ਕਰਦੇ ਹੋ, ਤਾਂ ਉਸ ਨਾਲ ਤੁਹਾਡੀ ਰਾਜਨੀਤਿਕ ਸਮਝ ਬਣਦੀ ਹੈ, ਤੁਹਾਡੇ ਅੰਦਰ ਇੱਕ ਜਿਹੜੀ ਪੋਲੀਟਿਕਸ ਦਾ ਇੱਕ ਸੂਝ ਆਉਂਦੀ ਹੈ। ਤਾਂ ਇਉਂ ਫਿਰ ਜਿਵੇਂ ਜਿਵੇਂ ਜ਼ਿੰਦਗੀ ਆਪਣੇ ਰੰਗਾਂ ਨਾਲ ਤੁਹਾਡੇ ਸਾਹਮਣੇ ਪ੍ਰਗਟ ਹੁੰਦੀ ਰਹਿੰਦੀ ਹੈ, ਕਵੀ ਉਹਨੂੰ ਉਹਦੇ ਵਿੱਚ ਲਿਖਦਾ ਰਹਿੰਦਾ, ਉਹਦੇ ਵਿੱਚ ਸਾਰੇ ਅਨੁਭਵ ਆਉਂਦੇ ਰਹਿੰਦੇ ਆ। ਬਹੁਤ ਸਾਰੇ ਅਨੁਭਵ ਹੈ ਜਿਹੜੇ ਉਹ ਸਮੇਂ ਦੇ ਨਾਲ ਬਦਲਦੇ ਵੀ ਹੈ। ਜਿਵੇਂ ਜਦੋਂ ਤੁਸੀਂ ਨੌਜਵਾਨ ਉਮਰ ਵਿੱਚ ਪਿਆਰ ਦੀ ਕਵਿਤਾ ਲਿਖਣੀ ਸ਼ੁਰੂ ਕਰਦੇ ਹੋ, ਤਾਂ ਉਹਦੇ ਵਿੱਚ ਵਿਛੋੜੇ ਦਾ ਜਿਹੜਾ ਦਖਲ ਆ ਉਹ ਬਹੁਤ ਜ਼ਿਆਦਾ ਹੁੰਦਾ। ਹੌਲੀ ਹੌਲੀ ਤੁਸੀਂ ਪਿਆਰ ਨੂੰ ਸਬਲਾਈਮਡ ਰੂਪ ਵਿੱਚ ਦੇਖਣਾ ਸ਼ੁਰੂ ਕਰਦੇ ਹੋ, ਉੱਥੇ ਫਿਰ ਤੁਸੀਂ ਵਿਛੋੜੇ ਨੂੰ ਉਸ ਤਰ੍ਹਾਂ ਕੇ ਨਾਲ ਨਹੀਂ ਲੈਂਦੇ ਕਿਸੇ ਗਹਿਰੇ ਦਰਦ ਨਾਲ ਜੋੜ ਕੇ, ਹੌਲੀ ਹੌਲੀ ਫਿਰ ਤੁਸੀਂ ਉਹਨੂੰ ਫਲਸਫੇ ਦੇ ਅੰਦਾਜ਼ ਵਿੱਚ ਸਮਝਣਾ ਸ਼ੁਰੂ ਕਰਦੇ ਹੋ ਕਿ ਜਿਹੜਾ ਮਿਲਣਾ ਵਿਛੜਨਾ ਜਾਂ ਫਿਰ ਤੁਹਾਡੇ ਅੰਦਰੋਂ ਇੱਕ ਮਤਲਬ ਕਿਸੇ ਹੋਰ ਵਿਅਕਤੀ ਦੇ ਪ੍ਰੇਮ ਨਾਲੋਂ ਤੁਹਾਡੇ ਅੰਦਰ ਪਿਆਰ ਦੀਆਂ ਬਹੁਤ ਸਾਰੀਆਂ ਡਾਇਮੈਂਸ਼ਨਸ ਬਣਦੀਆਂ, ਜਿਹਨਾਂ ਨੂੰ ਫਿਰ ਹੌਲੀ ਹੌਲੀ ਤੁਸੀਂ ਆਪਣੀ ਲਿਖਤ ਵਿੱਚ ਲੈ ਕੇ ਆਉਂਦੇ ਹੋ। ਤੁਸੀਂ ਕੋਈ ਇੱਕ ਸਬਜੈਕਟ ਨਹੀਂ ਚੁਣਿਆ, ਇਹਦਾ ਮਤਲਬ ਹੈ ਵੀ ਤੁਸੀਂ ਸਾਰੇ ਸਬਜੈਕਟਸ ਨੂੰ ਗਜ਼ਲ ਜ਼ਿਆਦਾ? ਹਾਂ ਬਿਲਕੁਲ, ਉਹ ਕਲਸੀ ਸਾਹਿਬ ਜਿਹੜਾ ਤੁਹਾਡਾ ਸਵਾਲ ਹੈ ਉਹ ਉਸ ਗੱਲ ਨਾਲ ਬਹੁਤ ਜੁੜਿਆ ਹੋਇਆ ਕਿ ਜਿਸ ਸਮੇਂ ਪੰਜਾਬੀ ਵਿੱਚ ਖਾਸ ਤੌਰ 'ਤੇ ਲਹਿਰ ਦੀ ਕਵਿਤਾ ਹੁੰਦੀ ਸੀ, ਹੈ ਨਾ, ਅਸੀਂ ਜਿਸ ਤਰ੍ਹਾਂ ਕਹਿੰਦੇ ਕਿ ਜੇ ਰੋਮਾਂਸਵਾਦੀ ਲਹਿਰ ਇੱਕ ਚੱਲਦੀ ਸੀ, ਮੋਹਨ ਸਿੰਘ ਅੰਮ੍ਰਿਤਾ ਕਾਵਧਾਰਾ ਚੱਲਦੀ ਸੀ, ਜਾਂ ਫਿਰ ਬਾਅਦ ਵਿੱਚ ਪ੍ਰਗਤੀਵਾਦੀ ਲਹਿਰ ਆਈ, ਉਦੋਂ ਫਿਰ ਜਿਹੜੇ ਉਹਨਾਂ ਕਵਿਤਾਵਾਂ ਦੇ ਸਬਜੈਕਟ ਸੀਗੇ, ਵਿਸ਼ੇ ਸੀ, ਉਹ ਨਿਸ਼ਚਿਤ ਕੀਤੇ ਜਾਂਦੇ ਸੀ, ਜਾਂ ਕਵੀ ਇੱਕ ਨਿਸ਼ਚਿਤ ਕਰ ਲੈਂਦਾ ਸੀ ਆਪਣੇ ਲਈ ਕਿ ਮੈਂ ਇਸ ਵਿਸ਼ੇ ਉੱਤੇ ਹੀ ਲਿਖਣਾ, ਇਸ ਰੁਝਾਨ ਵਿੱਚ ਲਿਖਣਾ। ਹਾਲਾਂਕਿ ਉਹ ਜਿਹੜੇ ਮਿੱਥਕੀ ਚੀਜ਼ਾਂ ਤੁਸੀਂ ਕੁਛ ਕਰਦੇ ਹੋ, ਉਹ ਬਹੁਤ ਸਾਰੀਆਂ ਚੀਜ਼ਾਂ ਓਨੀਆਂ ਪਕਿਆਈ ਵਾਲੀਆਂ ਨਹੀਂ ਹੁੰਦੀਆਂ। ਜਿਵੇਂ ਮੈਨੂੰ ਜ਼ਾਤੀ ਤੌਰ 'ਤੇ ਮੋਹਨ ਸਿੰਘ ਨੂੰ ਅਸੀਂ ਪ੍ਰਗਤੀਵਾਦੀ ਸ਼ਾਇਰ ਦੇ ਤੌਰ 'ਤੇ ਵੱਡਾ ਮੰਨਦੇ ਹਾਂ, ਪਰ ਮੈਨੂੰ ਉਹਨਾਂ ਦੀ ਜਿਹੜੀ ਰੋਮੈਂਟਿਕ ਰੰਗ ਵਾਲੀਆਂ ਚੀਜ਼ਾਂ ਨੇ ਉਹ ਜ਼ਿਆਦਾ ਓਰਿਜਨਲ, ਅਸਲੀ ਅਤੇ ਮੌਲਿਕ ਲੱਗਦੀਆਂ। ਜਿੱਥੇ ਜਿੱਥੇ ਉਹ ਪ੍ਰਗਤੀਵਾਦੀ ਹੋਣ ਦੀ ਕੋਸ਼ਿਸ਼ ਕਰਦੇ ਆ, ਉੱਥੇ ਨਜ਼ਰ ਆਉਂਦਾ ਕਿ ਉਹ ਕੋਸ਼ਿਸ਼ ਕਰ ਰਹੇ ਆ। ਤਾਂ ਇਸ ਤਰੀਕੇ ਨਾਲ ਮੈਨੂੰ ਲੱਗਦਾ ਹੁੰਦਾ ਕਿ ਵਿਸ਼ਿਆਂ ਬਾਰੇ ਤੁਸੀਂ ਜੇ ਬਹੁਤ ਪਹਿਲਾਂ ਹੀ ਮਿਥਿਆ ਹੋਇਆ ਆਪਣੇ ਆਪ ਨੂੰ, ਖਾਸ ਤੌਰ 'ਤੇ ਇੱਕ ਸਵਾਲ ਇਹਦੇ ਨਾਲ ਹੋਰ ਜੁੜਦਾ ਕਿ ਜਿਹੜੀ ਅਸੀਂ ਕਹਿੰਦੇ ਸੀ ਕਿ ਕਵਿਤਾ ਵਿੱਚ ਜਿਹੜੀ ਆਈਡੀਆਲੋਜੀ ਆ ਉਹਦਾ ਦਖਲ ਕਿਵੇਂ ਹੋਣਾ ਚਾਹੀਦਾ, ਤਾਂ ਉਹ ਜਿਸ ਸਮੇਂ ਮੈਂ ਲਿਖਣਾ ਸ਼ੁਰੂ ਕੀਤਾ ਉਦੋਂ ਇਹਨਾਂ ਚੀਜ਼ਾਂ ਦੀ ਇਵੇਂ ਸਮਝ ਨਹੀਂ ਸੀ। ਹੌਲੀ ਹੌਲੀ ਜਦੋਂ ਤੁਸੀਂ ਪੜ੍ਹਾਈ ਕਰਦੇ ਹੋ, ਉਹਦੀ ਇੱਕ ਟ੍ਰੇਨਿੰਗ ਵਿੱਚ ਪੈਂਦੇ ਹੋ, ਤਾਂ ਫਿਰ ਪਤਾ ਲੱਗਦਾ ਕਿ ਜਿਹੜੀ ਵਿਚਾਰਧਾਰਾ ਉਹ ਤੁਹਾਡੀ ਕਵਿਤਾ ਵਿੱਚ ਹਾਜ਼ਰ ਤਾਂ ਹੋਵੇ ਪਰ ਨਾਜ਼ਰ ਨਾ ਹੋਵੇ, ਉਹ ਨਜ਼ਰ ਨਾ ਆਵੇ, ਹੈ ਨਾ, ਉਹਦਾ ਬਹੁਤ ਤਹਿ ਦੇ ਹੇਠਾਂ ਹੋਣਾ ਵਧੀਆ, ਉਹ ਬਹੁਤ ਤਹਿ ਦੇ ਉੱਪਰ ਨਾ ਆ ਜਾਵੇ। ਤਾਂ ਇਸ ਤਰ੍ਹਾਂ ਸਾਰੀਆਂ ਚੀਜ਼ਾਂ ਜਿਹੜੀਆਂ ਵਿਚਾਰਧਾਰਾ ਵੀ, ਅਨੁਭਵ ਵੀ, ਜਿਹੜਾ ਤੁਹਾਡਾ ਦਰਸ਼ਨ ਵੀ ਹੈ, ਉਹ ਸਾਰੀ ਫਿਲਾਸਫੀ ਤੁਹਾਡੀ ਲਿਖਤਾਂ ਦੇ ਵਿੱਚ ਆਉਂਦੀ ਜਾਂਦੀ ਹੈ। ਉਹ ਜਿਹੜਾ ਤੁਸੀਂ ਵਿਸ਼ੇ ਦੀ ਗੱਲ ਕੀਤੀ ਆ, ਉਹ ਮੁਸਲਸਲ ਗਜ਼ਲ ਦੇ ਵਿੱਚ ਆ ਜਾਂਦਾ। ਹਾਂ ਹਾਂ, ਗਜ਼ਲ ਦੇ ਵਿੱਚ ਹਰ ਇੱਕ ਸ਼ੇਰ ਇਟਸੈਲਫ। ਬਿਲਕੁਲ, ਹਾਂਜੀ ਹਾਂਜੀ। ਸੋ ਇਹਦੇ ਵਿੱਚ ਖਿਆਲਾਤ, ਹਾਂ, ਗਜ਼ਲ ਦੀ ਹਾਂ, ਕਿਉਂਕਿ ਮੈਂ ਜਦੋਂ ਲਿਖਣਾ ਸ਼ੁਰੂ ਕੀਤਾ, ਦੋ ਕਵੀ ਮੇਰੇ ਸਾਹਮਣੇ ਇੱਕ ਤਰ੍ਹਾਂ ਮਾਡਲ ਵਾਂਗੂ ਸੀਗੇ, ਡਾਕਟਰ ਜਗਤਾਰ ਔਰ ਸੁਰਜੀਤ ਪਾਤਰ, ਅਤੇ ਇਤਫਾਕ ਨਾਲ ਇਹ ਦੋਨੋਂ ਹੀ ਗਜ਼ਲ ਦੇ ਸ਼ਾਇਰ ਸੀ। ਤਾਂ ਮੇਰੇ ਕੋਲੋਂ ਜਿਹੜੀ ਯੋਨਰ ਦੀ ਚੋਣ ਹੋਈ, ਇਹ ਮੇਰੀ ਸ਼ਾਇਦ ਕੋਈ ਬਹੁਤ ਹੀ ਸੋਚੀ ਸਮਝੀ ਚੋਣ ਨਹੀਂ ਸੀ, ਮੈਂ ਉਸੇ ਹੀ ਅਵਚੇਤਨ ਦੇ ਵਿੱਚ ਹੀ ਕਿ ਉਹ ਦੋਨੋਂ ਕਵੀ ਮੈਨੂੰ ਚੰਗੇ ਲੱਗਦੇ ਸੀ, ਫਿਰ ਉਹ ਜਿਸ ਕਿਸਮ ਦੇ ਯੋਨਰ ਵਿੱਚ ਲਿਖ ਰਹੇ ਸੀ, ਮੈਂ ਸ਼ਾਇਦ ਉਸੇ ਯੋਨਰ ਵਿੱਚ ਦਾਖਲ ਹੋ ਗਿਆ। ਤੁਸੀਂ ਕੁਛ ਅੱਜ ਕੱਲ੍ਹ ਦੀ ਜਿਹੜੀ ਸ਼ਾਇਰੀ ਬਹੁਤ ਪੰਜਾਬ ਦੇ ਵਿੱਚ ਇਸ ਵੇਲੇ ਡਰਾਈਨੈਸ ਚੱਲ ਰਹੀ ਆ ਜੀ, ਪਾਣੀ ਦੀ ਘਾਟ ਹੋ ਰਹੀ ਆ, ਤਸਕਰੀ, ਨਸ਼ਾ ਤਸਕਰੀ, ਹਾਂਜੀ ਹਾਂਜੀ, ਇਹਨਾਂ ਸਬਜੈਕਟਸ 'ਤੇ ਕੁਛ ਲਿਖਿਆ ਤਾਂ ਸੁਣਾਓ। ਹਾਂ, ਮੇਰਾ ਕੁਛ ਸ਼ਾਇਦ ਇਸ ਤਰ੍ਹਾਂ ਦਾ ਸਿੱਧਾ ਇਹਨਾਂ ਸਬਜੈਕਟ ਉੱਤੇ ਨਾ ਲਿਖਿਆ ਹੋਵੇ, ਪਰ ਕਿਉਂਕਿ ਹਰ ਕਵੀ ਦਾ, ਜਾਂ ਖਾਸ ਤੌਰ 'ਤੇ ਮੈਂ ਜੇ ਆਪਣੀ ਗੱਲ ਕਰਾਂ, ਤਾਂ ਮੇਰੀ ਕਵਿਤਾ ਵਿੱਚ ਬਹੁਤ ਚੀਜ਼ਾਂ ਸੁਜੈਸਟਿਵ ਰੂਪ ਵਿੱਚ ਆਉਂਦੀਆਂ ਔਰ ਇਮੇਜਿਸ ਵਿੱਚ ਆਉਂਦੀਆਂ, ਸ਼ਾਇਦ ਉਹਨੂੰ ਸਿੱਧੇ ਰੂਪ 'ਚ ਉਹ ਪਛਾਣਨਾ ਬੜਾ ਔਖਾ ਹੁੰਦਾ। ਜਿਵੇਂ ਫਰਜ਼ ਕਰੋ ਤੁਸੀਂ ਗੱਲ ਕੀਤੀ ਕਿ ਅਸੀਂ ਫੈਮਨਿਜ਼ਮ ਦੀ ਜਾਂ ਨਾਰੀਵਾਦ ਦੀ ਗੱਲ ਕਰਦੇ ਹਾਂ ਜਾਂ ਔਰਤ ਦੇ ਹੱਕਾਂ ਦੀ ਗੱਲ ਕਰਦੇ ਹਾਂ, ਤਾਂ ਉਹ ਮੇਰਾ ਇੱਕ ਸ਼ੇਰ ਸੀ ਕਿ ਹਮੇਸ਼ਾ ਮੇਰੀਆਂ ਪੈੜਾਂ ਤੋਂ ਰਸਤਾ ਵੇਖਿਆ ਉਸਨੇ, ਹਮੇਸ਼ਾ ਮੇਰੀਆਂ ਪੈੜਾਂ ਤੋਂ ਰਸਤਾ ਵੇਖਿਆ ਉਸਨੇ, ਮੈਂ ਉਸਦੇ ਨਾਲ ਤਾਂ ਤੁਰਿਆ
ਬਰਾਬਰ ਹੋਣ ਨਾ ਦਿੱਤਾ। ਤੇ ਇਉਂ ਗਜ਼ਲ ਵਿੱਚ ਫਿਰ ਕਿਉਂਕਿ ਉਹਦਾ ਆਪਣਾ ਇੱਕ ਰੰਗ ਹੈ, ਉਹਦੇ ਵਿੱਚ ਇੱਕ ਤੁਸੀਂ ਤਗਜ਼ਲ ਦਾ ਰੰਗ ਜ਼ਰੂਰ ਰੱਖਣਾ ਹੁੰਦਾ ਜਿਹੜੀ ਸਿਨਫ ਦੇ ਵਿੱਚ ਤੁਸੀਂ ਜਾ ਰਹੇ ਹੋ। ਫਿਰ ਉਹਦੇ ਇੱਕ ਚੌਕਟੇ ਦੇ ਵਿੱਚ ਵਿੱਚ ਹੀ ਤੁਸੀਂ ਆਪਣੀਆਂ ਸਾਰੀਆਂ ਗੱਲਾਂ ਕਰਨੀਆਂ ਹੁੰਦੀਆਂ, ਔਰ ਗੱਲਾਂ ਥੋੜ੍ਹੀਆਂ ਮਤਲਬ ਟੇਢੇ ਰੂਪ ਵਿੱਚ, ਥੋੜ੍ਹੇ ਜਿਹੇ ਅਜਨਬੀ ਰੂਪ ਵਿੱਚ ਆਉਂਦੀਆਂ। ਇਹੀ ਕਵਿਤਾ ਦੀ ਬਿਊਟੀ ਵੀ ਹੁੰਦੀ ਹੈ, ਸੁੰਦਰਤਾ ਵੀ ਹੁੰਦੀ ਹੈ। ਜਿਹੜੇ ਪੁਰਾਣੇ ਕਵੀ ਸੀਗੇ ਉਹਨਾਂ ਦੇ ਵਿੱਚੋਂ ਵੀ ਕੋਈ ਤੁਹਾਡੇ ਤੁਸੀਂ ਕਿਸੇ ਨੂੰ ਅਡੋਪਟ ਕੀਤਾ ਜਾਂ ਉਹਨਾਂ ਦੇ ਬਹੁਤ? ਹਾਂ, ਇਹ ਹੈ ਕਿ ਮੈਂ ਜਿਵੇਂ ਹੁਣੇ ਇਸ ਤੋਂ ਪਹਿਲਾਂ ਕਿਹਾ ਕਿ ਮੈਨੂੰ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ, ਜਗਤਾਰ ਔਰ ਸੁਰਜੀਤ ਪਾਤਰ ਸਮਝੋ ਮੈਨੂੰ ਬਹੁਤ ਚੰਗੇ ਲੱਗਦੇ ਸੀ। ਜੇ ਇਹਨੂੰ ਬਹੁਤ ਮੋਟੇ ਲਫਜ਼ਾਂ 'ਚ ਕਹਿਣਾ ਹੋਵੇ ਤਾਂ ਉਹ ਇੱਕ ਤਰ੍ਹਾਂ ਤੁਹਾਡੇ ਲਈ ਰੋਲ ਮਾਡਲ ਸੀ, ਮੈਂਟੋਰ ਕਹਿ ਲਓ, ਜਾਂ ਤੁਸੀਂ ਲੱਗਦਾ ਕਿ ਮੈਂ ਇਹਨਾਂ ਵਰਗਾ ਲਿਖਾਂ। ਪਰ ਹੌਲੀ ਹੌਲੀ ਜਦੋਂ ਤੁਸੀਂ ਰੀਅਲਾਈਜ਼ ਕਰਦੇ ਹੋ, ਆਪਣਾ ਰਸਤਾ ਤਲਾਸ਼ ਕਰਦੇ ਹੋ, ਹੁਣ ਮੈਨੂੰ ਲੱਗਦਾ ਕਿ ਮੈਂ ਆਪਣੇ ਵਰਗਾ ਹੀ ਲਿਖਾਂ। ਹੁਣ ਮੈਨੂੰ ਆਪਣਾ ਤਰੀਕਾ ਵਧੀਆ ਲੱਗਦਾ। ਦੂਜੇ ਕਵੀ ਆਪਣੀ ਥਾਂ 'ਤੇ ਨੇ ਸਾਰੇ, ਪਰ ਉਸ ਤੁਸੀਂ ਸਾਰੇ ਕਵੀਆਂ ਦੀ ਜਿਹੜੀ ਵਿਰਾਸਤ ਹੁੰਦੀ ਹੈ, ਧਰੋਹਰ ਹੈ, ਉਹ ਤੋਂ ਚੇਤ ਅਚੇਤ ਤੌਰ 'ਤੇ ਪ੍ਰਭਾਵਿਤ ਹੁੰਦੇ ਹੋ। ਅਸੀਂ ਅਜੇ ਤੱਕ ਵੀ ਗੱਲ ਕਰਦੇ ਹਾਂ ਕਿ ਸ਼ੇਖ ਫਰੀਦ ਸਾਡੇ ਅੰਦਰਲੀ ਜਿਹੜੀ ਇੱਕ ਮਿਠਾਸ ਹੈ ਲਹਿਜੇ ਦੀ, ਉਹ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਤੁਹਾਡੇ ਅੰਦਰ ਜਿਹੜਾ ਇੱਕ ਦਰਸ਼ਨ ਹੈ, ਫਿਲਾਸਫੀ ਹੈ, ਉਹਦੇ ਵਿੱਚ ਗੁਰੂ ਨਾਨਕ ਦਾ ਬਹੁਤ ਵੱਡਾ ਯੋਗਦਾਨ ਹੈ। ਤੁਹਾਡੀ ਕਵਿਤਾ ਵਿੱਚ ਜਿਹੜਾ ਇੱਕ ਖੁੱਲ੍ਹਾਪਨ, ਇੱਕ ਮਸਤੀ ਹੈ, ਉਹਦੇ ਵਿੱਚ ਬੁੱਲੇ ਸ਼ਾਹ ਦਾ ਬਹੁਤ ਵੱਡਾ ਦਖਲ ਹੈ। ਕਵਿਤਾ ਦੀ ਬਣਤਰ ਵਿੱਚ, ਖਾਸ ਤੌਰ 'ਤੇ ਗਜ਼ਲ ਦੀ ਬਣਤਰ ਵਿੱਚ, ਜਿਹੜੇ ਸਾਡੇ ਰਵਾਇਤੀ ਕਵੀ ਰਹੇ ਉਹਨਾਂ ਦਾ ਇੱਕ ਬਹੁਤ ਵੱਡਾ ਯੋਗਦਾਨ ਰਿਹਾ। ਇਵੇਂ ਜਦੋਂ ਤੁਸੀਂ ਨਵੇਂ ਦੌਰ ਵਿੱਚ ਆਉਂਦੇ ਹੋ, ਨਵੀਂ ਗਜ਼ਲ ਵਿੱਚ ਆਉਂਦੇ ਹੋ, ਤਾਂ ਹੁਣ ਕਿਉਂਕਿ ਸਾਰੀ ਸਾਡੇ ਸਮਾਜ ਦੀ ਸੈਂਸੀਬਿਲਿਟੀ ਬਹੁਤ ਬਦਲ ਗਈ ਹੈ, ਹੁਣ ਅਸੀਂ ਚੀਜ਼ਾਂ ਨੂੰ ਹੋਰ ਤਰੀਕੇ ਨਾਲ ਵੇਖਣ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੈ। ਹੁਣ ਅਸੀਂ ਚੀਜ਼ਾਂ ਨੂੰ ਉਸ ਰੂਪ ਵਿੱਚ, ਸਾਦੇ ਰੂਪ 'ਚ ਨਹੀਂ ਲੈ ਸਕਦੇ ਜਿੰਨੀਆਂ ਸ਼ਾਇਦ ਅੱਜ ਤੋਂ 50 ਸਾਲ ਪਹਿਲਾਂ ਲੈਂਦੇ ਸੀ। ਤਾਂ ਇਉਂ ਫਿਰ ਨਵੀਂ ਸੈਂਸੀਬਿਲਿਟੀ ਦੇ ਵਿੱਚ ਸਬਜੈਕਟਾਂ ਦਾ ਜਿਹੜਾ ਟ੍ਰੀਟਮੈਂਟ ਹੈ, ਕਿਉਂਕਿ ਸਬਜੈਕਟ ਤਾਂ ਜ਼ਿੰਦਗੀ 'ਚ ਉਹੀ ਰਹਿਣੇ ਨੇ, ਕੁਝ ਮਸਲੇ ਸਦੀਵੀ ਹੁੰਦੇ ਆ, ਕੁਝ ਮਸਲੇ ਸਮਕਾਲੀ ਹੁੰਦੇ ਆ, ਮੌਤ, ਪਿਆਰ, ਭੁੱਖ, ਰੁਜ਼ਗਾਰ, ਰੋਟੀ, ਇਹ ਸਦੀਵੀ ਮਸਲੇ ਨੇ। ਕਵੀ ਇਹਨਾਂ ਨੂੰ ਐਡਰੈਸ ਕਰਦਾ, ਪਰ ਨਵਾਂ ਲਹਿਜਾ ਨਵੇਂ ਯੁੱਗ ਦੇ ਜਿਹੜੇ ਜਿਹੜੇ ਵੀ ਬੰਦੇ ਆਉਂਦੇ ਜਾਂਦੇ ਆ ਕਿਸੇ ਫੀਲਡ ਦੇ ਵਿੱਚ, ਕਵਿਤਾ ਦੇ ਵਿੱਚ, ਉਹ ਫਿਰ ਇਹਨਾਂ ਸਾਰੇ ਪੁਰਾਣੇ ਵਿਸ਼ਿਆਂ ਨੂੰ ਨਵੇਂ ਢੰਗ ਨਾਲ ਦੇਖਦੇ ਆ ਅਤੇ ਨਵੇਂ ਢੰਗ ਨਾਲ ਉਹਨੂੰ ਲਿਖਣ ਦੀ ਕੋਸ਼ਿਸ਼ ਕਰਦੇ। ਉਹਦੇ 'ਚ ਕਿੰਨਾ ਕਾਮਯਾਬ ਹੁੰਦੇ ਆ ਇਹ ਲੋਕਾਂ ਨੇ ਦੱਸਣਾ ਹੁੰਦਾ। ਹਾਂ, ਮੈਂ ਇੱਕ ਦੋ ਗਜ਼ਲਾਂ ਦੇ ਕੁਛ ਸ਼ੇਰ ਤੁਹਾਡੇ ਨਾਲ ਸਾਂਝੇ ਕਰ ਲੈਣਾ ਕਿ ਹੋਰਾਂ ਵਾਂਗੂ ਹਨੇਰਾ ਢੋਂਦੇ ਰਾਤ ਬਰਾਤੇ ਜੀ ਲੈਣਾ ਸੀ, ਦਿਲ ਨੂੰ ਜੇਕਰ ਅੱਗ ਨਾ ਲੱਗਦੀ ਮੈਂ ਚਾਨਣ ਤੋਂ ਕੀ ਲੈਣਾ ਸੀ, ਉਹ ਘੜਦੇ ਘੜਿਆਂ ਅੰਦਰ ਪੈ ਕੇ ਸਿਆਣਾ ਪਾਣੀ ਸੋਚੇ ਅਕਸਰ, ਘੜਦੇ ਘੜਿਆਂ ਅੰਦਰ ਪੈ ਕੇ ਸਿਆਣਾ ਪਾਣੀ ਸੋਚੇ ਅਕਸਰ, ਮੈਨੂੰ ਨਦੀਏ ਵਗਦੇ ਨੂੰ ਵੀ ਰੇਤਾ ਨੇ ਹੀ ਪੀ ਲੈਣਾ ਸੀ, ਘਰ ਦੇ ਘੜਿਆਂ ਅੰਦਰ ਪੈ ਕੇ ਸਿਆਣਾ ਪਾਣੀ ਸੋਚੇ ਅਕਸਰ, ਮੈਨੂੰ ਨਦੀਏ ਵਗਦੇ ਨੂੰ ਵੀ ਰੇਤਾ ਨੇ ਹੀ ਪੀ ਲੈਣਾ ਸੀ, ਔਰ ਅੰਨੀ ਭੀੜ 'ਚ ਅੱਖਾਂ ਵਾਲੇ ਤੁਰਦੇ ਵੀ ਤਾਂ ਕਿੱਥੇ ਤੁਰਦੇ, ਅੰਨੀ ਭੀੜ 'ਚ ਅੱਖਾਂ ਵਾਲੇ ਤੁਰਦੇ ਵੀ ਤਾਂ ਕਿੱਥੇ ਤੁਰਦੇ, ਖੜ ਕੇ ਸਭ ਨੂੰ ਰਾਹ ਦੇਣਾ ਸੀ, ਬਚ ਕੇ ਰਸਤਾ ਵੀ ਲੈਣਾ ਸੀ, ਅੰਨੀ ਭੀੜ 'ਚ ਅੱਖਾਂ ਵਾਲੇ ਤੁਰਦੇ ਵੀ ਤਾਂ ਕਿੱਥੇ ਤੁਰਦੇ, ਖੜ ਕੇ ਸਭ ਨੂੰ ਰਾਹ ਦੇਣਾ ਸੀ, ਬਚ ਕੇ ਰਸਤਾ ਵੀ ਲੈਣਾ ਸੀ, ਔਰ ਜੇ ਰੂਹ ਦੇ ਲੰਗਾਰ ਨਾ ਲੈਂਦੇ ਚੁੱਪ ਹੀ ਰਹਿੰਦੇ ਕੁਝ ਨਾ ਕਹਿੰਦੇ, ਜੇ ਰੂਹ ਦੇ ਲੰਗਾਰ ਨਾ ਲੈਂਦੇ ਚੁੱਪ ਹੀ ਰਹਿੰਦੇ ਕੁਝ ਨਾ ਕਹਿੰਦੇ, ਜੇ ਇਕੱਲਾ ਦਾਮਨ ਹੀ ਫਟਦਾ ਅੰਦਰ ਵੜ ਕੇ ਸੀ ਲੈਣਾ ਸੀ, ਹੋਰਾਂ ਵਾਂਗੂ ਹਨੇਰਾ ਢੋਂਦੇ ਰਾਤ ਬਰਾਤੇ ਜੀ ਲੈਣਾ ਸੀ, ਦਿਲ ਨੂੰ ਜੇਕਰ ਅੱਗ ਨਾ ਲੱਗਦੀ ਮੈਂ ਚਾਨਣ ਤੋਂ ਕੀ ਲੈਣਾ ਸੀ। ਬਹਿਰ ਬਾਰੇ ਮੈਂ ਬਹੁਤ ਸੁਚੇਤ ਨਹੀਂ, ਔਰ ਸੁਚੇਤ ਮਤਲਬ ਇਸ ਸੈਂਸ ਵਿੱਚ ਕਿ ਅਚਾਨਕ ਮੈਨੂੰ ਕੋਈ ਇਹਨਾਂ ਵਿੱਚ ਫਰਕ ਕਰਨਾ ਮੁਸ਼ਕਲ ਹੋ ਜਾਂਦਾ, ਜਿਵੇਂ ਤੁਹਾਡਾ ਸਵਾਲ ਬਹੁਤ ਅਚਾਨਕ ਆਇਆ, ਤਾਂ ਸ਼ਾਇਦ ਛੋਟੀ ਬਹਿਰ ਦੀ ਕੋਈ ਇੱਕ ਗਜ਼ਲ ਮੇਰੇ ਧਿਆਨ 'ਚ ਆ ਸਕਦੀ ਹੈ ਕਿ ਬੇਹਬਲ ਹਾਂ ਬੇਬੋਲ ਹਾਂ ਅੱਜ ਕੱਲ੍ਹ, ਬੇਹਬਲ ਹਾਂ ਬੇਬੋਲ ਹਾਂ ਅੱਜ ਕੱਲ੍ਹ, ਹੋਰ ਕਿਸੇ ਦੇ ਕੋਲ ਹਾਂ ਅੱਜ ਕੱਲ੍ਹ,
ਬਿਹਬਲ ਹਾਂ ਬੇਬੋਲ ਹਾਂ ਅੱਜ ਕੱਲ੍ਹ ਹੋਰ ਕਿਸੇ ਦੇ ਕੋਲ ਹਾਂ ਅੱਜ ਕੱਲ੍ਹ ਪਾਰੇ ਵਾਂਗੂੰ ਲਰਜ਼ ਰਿਹਾ ਹਾਂ ਪਾਰੇ ਵਾਂਗੂੰ ਲਰਜ਼ ਰਿਹਾ ਹਾਂ ਚੀਜ਼ ਕੋਈ ਅਣਮੋਲ ਹਾਂ ਅੱਜ ਕੱਲ੍ਹ ਪਾਰੇ ਵਾਂਗੂੰ ਲਰਜ਼ ਰਿਹਾ ਹਾਂ ਫਿਰ ਵੀ ਬਹੁਤ ਅਡੋਲ ਹਾਂ ਅੱਜ ਕੱਲ੍ਹ ਔਰ ਡਰ ਲੱਗਦਾ ਹੈ ਵਿਕ ਨਾ ਜਾਵਾਂ ਡਰ ਲੱਗਦਾ ਹੈ ਵਿਕ ਨਾ ਜਾਵਾਂ ਚੀਜ਼ ਕੋਈ ਅਣਮੋਲ ਹਾਂ ਅੱਜ ਕੱਲ੍ਹ ਔਰ ਮੇਰੇ ਅੰਦਰ ਪੀਂਘ ਪਈ ਹੈ ਮੇਰੇ ਅੰਦਰ ਪੀਂਘ ਪਈ ਹੈ ਖਾਬਾਂ ਦਾ ਚੰਡੋਲ ਹਾਂ ਅੱਜ ਕੱਲ੍ਹ ਬੇਹਬਲ ਹਾਂ ਬੇਬੋਲ ਹਾਂ ਅੱਜ ਕੱਲ੍ਹ ਹੋਰ ਕਿਸੇ ਦੇ ਕੋਲ ਹਾਂ ਅੱਜ ਕੱਲ੍ਹ ਕੀ ਪੰਜਾਬੀ ਆਪਣੇ ਗਜ਼ਲ ਦਾ ਕੀ ਭਵਿੱਖ ਆ ਪੰਜਾਬੀ ਗਜ਼ਲ ਦਾ ਜੋ ਇੱਕ ਮਿਆਰ ਬਣ ਚੁੱਕਾ ਹੈ ਉਹ ਕਾਫੀ ਤਸੱਲੀ ਵਾਲਾ ਹੈ ਕਿ ਬਹੁਤ ਇੱਕ ਉਸ ਪੱਧਰ ਤੱਕ ਜਾ ਕੇ ਜਿਹੜਾ ਫਲਸਫਾ ਜ਼ਿੰਦਗੀ ਜਾਂ ਦਰਸ਼ਨ ਜਾਂ ਉਹਦਾ ਐਕਸਪ੍ਰੈਸ਼ਨ ਹੈ ਉਹ ਆ ਗਿਆ ਹਾਲਾਂਕਿ ਤੁਸੀਂ ਜਾਣਦੇ ਹੋ ਬਹੁਤ ਭਾਸ਼ਾਵਾਂ ਵਿੱਚ ਗਜ਼ਲ ਲਿਖੀ ਜਾ ਰਹੀ ਹੈ ਉਰਦੂ ਉਹਦੀ ਇੱਕ ਮਿਸਾਲ ਹੈ ਮੈਨੂੰ ਮੈਂ ਜਦੋਂ ਪਿਛਲੀ ਵਾਰ ਇੱਥੇ ਕੈਨੇਡਾ ਆਇਆ ਸੀ ਅਤੇ ਕੈਨੇਡਾ ਦੀ ਕਵੀ ਦੀ ਅੰਗਰੇਜ਼ੀ ਗਜ਼ਲਾਂ ਦੀ ਕਿਤਾਬ ਵੀ ਆਈ ਮੈਨੂੰ ਕਿਸੇ ਨੇ ਸੱਜਣ ਨੇ ਦੱਸਿਆ ਅਤੇ ਉਹ ਬਹੁਤ ਸਾਰੀਆਂ ਭਾਸ਼ਾਵਾਂ 'ਚ ਗਜ਼ਲ ਹੈ ਪਰ ਜਿਸ ਕਿਸਮ ਦਾ ਪੰਜਾਬੀ ਸਮਾਜ ਵੀ ਇੱਕ ਦੁਬਿਧਾ ਦੁਚਿੱਤੀ ਵਿੱਚ ਹੈ ਕਿਉਂਕਿ ਗਜ਼ਲ ਦਾ ਜਿਹੜਾ ਸ਼ੇਅਰ ਹੈ ਉਹ ਹਮੇਸ਼ਾ ਇੱਕ ਦੋ ਫਿਕਰਿਆਂ ਦਾ ਦੋ ਫਲਸਫਿਆਂ ਦਾ ਸੰਵਾਦ ਹੁੰਦਾ ਹੈ ਕਿ ਪਹਿਲੀ ਗੱਲ ਵਿੱਚ ਤੁਸੀਂ ਅੱਧੀ ਗੱਲ ਕਰਦੇ ਹੋ ਦੂਜੀ ਲਾਈਨ ਵਿੱਚ ਉਹਦਾ ਉਹਦੇ ਨਾਲ ਡਾਇਲਾਗ ਹੁੰਦਾ ਇੱਕ ਤਾਂ ਇਉਂ ਜਿਹੜਾ ਪੰਜਾਬੀ ਸਮਾਜ ਹੈ ਖਾਸ ਤੌਰ 'ਤੇ ਪੰਜਾਬੀ ਜ਼ੁਬਾਨ ਦੀ ਤਾਸੀਰ ਹੈ ਇਹਦੇ ਵਿੱਚ ਵੀ ਅਸੀਂ ਬਹੁਤ ਸਾਰੀਆਂ ਦੁਬਿਧਾਵਾਂ ਦੁਚਿੱਤੀਆਂ ਵਾਲੇ ਸਮਾਜ ਵਿੱਚ ਹੈ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਬਾਰੇ ਅਜੇ ਕਲੈਰਿਟੀ ਨਹੀਂ ਹੋਈ ਤਾਂ ਇਸ ਤਰ੍ਹਾਂ ਮੈਨੂੰ ਲੱਗਦਾ ਹੁੰਦਾ ਕਿ ਗਜ਼ਲ ਵਿੱਚ ਇਸ ਕਿਸਮ ਦੀ ਦੁਬਿਧਾ ਨੂੰ ਦੁਚਿੱਤੀ ਨੂੰ ਪੇਸ਼ ਕੀਤਾ ਜਾਣਾ ਕਾਫੀ ਸਹੀ ਹੈ ਅਤੇ ਉਹ ਬਹੁਤ ਸਾਰੇ ਲੋਕ ਕਰਦੇ ਆ ਕਰ ਰਹੇ ਨੇ ਪੰਜਾਬੀ ਦੇ ਵਿੱਚ ਵੀ ਅਤੇ ਇਉਂ ਪੰਜਾਬੀ ਸਮਾਜ ਲਈ ਜਾਂ ਪੰਜਾਬੀ ਜਿਹੜਾ ਮਾਨਸ ਹੈ ਉਹਦੇ ਗਜ਼ਲ ਕਾਫੀ ਨੇੜੇ ਹੈ ਇਉਂ ਇਹਨੂੰ ਲਿਖਣ ਵਾਲੇ ਵੀ ਅਗਲੇ ਸਮੇਂ 'ਚ ਲਿਖਦੇ ਰਹਿਣਗੇ ਇਹਨੂੰ ਪੜ੍ਹਨ ਵਾਲੇ ਵੀ ਪੜ੍ਹਦੇ ਰਹਿਣਗੇ ਅਤੇ ਪਸੰਦ ਕਰਦੇ ਰਹਿਣਗੇ ਪੰਜਾਬੀ ਦਾ ਭਵਿੱਖ ਪੰਜਾਬ ਜਿਸ ਤਰ੍ਹਾਂ ਇੱਕ UNO ਦੀ ਰਿਪੋਰਟ ਦੀ ਗੱਲ ਅਸੀਂ ਬਹੁਤ ਵਾਰੀ ਕਰਦੇ ਹਾਂ ਕਿ UNO ਦੀ ਇੱਕ ਰਿਪੋਰਟ ਹੈ ਜਿਹਦੇ ਵਿੱਚ ਕਿਹਾ ਗਿਆ ਕਿ ਰੋਜ਼ ਦੁਨੀਆ ਦੀ ਕਈ ਸਾਰੀਆਂ ਭਾਸ਼ਾਵਾਂ ਖਤਮ ਹੁੰਦੀਆਂ ਅਤੇ ਪੰਜਾਬੀ ਵੀ ਅਗਲੇ 50 ਸਾਲਾਂ ਵਿੱਚ ਖਤਮ ਹੋਣ ਵਾਲੀ ਹੈ ਪਰ ਮੈਨੂੰ ਇਉਂ ਲੱਗਦਾ ਹੁੰਦਾ ਕਿ ਜਿੰਨੀ ਦੇਰ ਤੱਕ ਕਿਸੇ ਸਮਾਜ ਵਿੱਚ ਉਸ ਭਾਸ਼ਾ ਨੂੰ ਬੋਲਣ ਵਾਲੇ ਉਸ ਭਾਸ਼ਾ ਵਿੱਚ ਸਾਹਿਤ ਲਿਖਣ ਵਾਲੇ ਅਦਬ ਲਿਖਣ ਵਾਲੇ ਅਤੇ ਉਹਨਾਂ ਚੀਜ਼ਾਂ ਨੂੰ ਪੜ੍ਹਨ ਵਾਲੇ ਰਹਿਣਗੇ ਉਹ ਭਾਸ਼ਾ ਜਿਉਂਦੀ ਰਹੇਗੀ ਉਹ ਭਾਸ਼ਾ ਤਰੱਕੀ ਵੀ ਕਰਦੀ ਰਹੇਗੀ ਪਰ ਨਾਲ ਦੀ ਨਾਲ ਇਹ ਗੱਲ ਜ਼ਰੂਰ ਹੈ ਕਿ ਜਿਵੇਂ ਹੁਣ ਗਲੋਬਲਾਈਜੇਸ਼ਨ ਦੇ ਯੁੱਗ ਵਿੱਚ ਬਾਕੀ ਸਭ ਚੀਜ਼ਾਂ ਦਾ ਆਦਾਨ ਪ੍ਰਦਾਨ ਹੈ ਉਸੇ ਤਰ੍ਹਾਂ ਭਾਸ਼ਾਵਾਂ ਦਾ ਵੀ ਇੱਕ ਆਪਸੀ ਕਸ਼ਮਕਸ਼ ਵੀ ਹੈ ਉਹਨਾਂ ਦਾ ਆਪਸ ਵਿੱਚ ਕੰਪੀਟੀਸ਼ਨ ਵੀ ਹੈ ਪਰ ਨਾਲ ਦੀ ਨਾਲ ਹੀ ਭਾਸ਼ਾਵਾਂ ਦੇ ਇੱਕ ਆਪਸੀ ਸੰਵਾਦ ਦਾ ਮਾਹੌਲ ਵੀ ਹੈ ਜੇ ਅਸੀਂ ਚੀਜ਼ਾਂ ਨੂੰ ਜਾਣਨਾ ਸਿੱਖਣਾ ਤਾਂ ਉਹ ਸਾਰੇ ਪ੍ਰਸੰਗ ਦੇ ਵਿੱਚ ਪੰਜਾਬੀ ਨੂੰ ਬਚਾਏ ਰੱਖਣਾ ਵੀ ਬੜਾ ਜ਼ਰੂਰੀ ਹੈ ਪਰ ਪੰਜਾਬੀ ਦੇ ਨਾਲ ਨਾਲ ਪੰਜਾਬੀ ਦੀ ਹੋਣੀ ਬਾਰੇ ਬਹੁਤ ਜ਼ਿਆਦਾ ਜਾਗਰੂਕ ਔਰ ਸੁਚੇਤ ਰਹਿਣ ਦੀ ਵੀ ਬੜੀ ਜ਼ਰੂਰਤ ਹੈ ਔਰ ਇਸ ਪਾਸੇ ਯਤਨ ਹੋਣੇ ਚਾਹੀਦੇ ਆ ਬਹੁਤ ਬਹੁਤ ਸ਼ੁਕਰੀਆ ਕਲਸੀ ਸਾਹਿਬ ਤੁਹਾਡਾ ਕਿ ਤੁਸੀਂ ਇੰਨੀ ਪਿਆਰ ਨਾਲ ਸਾਨੂੰ ਬੁਲਾਇਆ ਔਰ ਆਪਣੇ ਚੈਨਲ ਉੱਤੇ ਤੁਹਾਡੇ ਨਾਲ ਕੁਛ ਗੱਲਾਂ ਕਰਨ ਦੀ ਇਸ ਬਹਾਨੇ ਆਪਣੇ ਆਪ ਨੂੰ ਕੁਰੇਦਣ ਦੀ ਜਾਣਨ ਦੀ ਇੱਕ ਮੌਕਾ ਬਣਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ